ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਜਿਹੜੇ ਲਗਾਤਾਰ ਰੋਸ ਦਰਨੇ ਕੀਤੇ ਹੋਏ ਨੇ ਕਾਰਪੋਰੇਟ ਘਰਾਣਿਆਂ ਦੇ ਉਦਯੋਗ ਘੇਰੇ ਹੋਏ ਨੇ ਉਥੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਨਵਾਂ ਐਲਾਨ ਕਰ ਦਿੱਤਾ ਗਿਆ ਕੱਲ ਜਿਹੜਾ ਡਿਪਟੀ ਕਮਹਨਰ ਦੀ ਦਫ਼ਤਰ ਦਾ ਜਿਹੜਾ ਘਰਾਓ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ ਜਾਊ ਸਾਡੇ ਨਾਲ ਆ ਕਿਸਾਨ ਜਿੱਥੇ ਬੰਦੀ ਦੇ ਆਗੂ ਨੇ ਗੱਲ ਕਰ ਲਵਾਂਗੇ ਪ੍ਰਧਾਨ ਜੀ ਪਹਿਲਾਂ ਵੀ ਜਿਹੜੇ ਲਗਾਤਾਰ ਧਰਨੇ ਚੱਲ ਰਹੇ ਆ ਕੱਲ ਨੂੰ ਡਿਪਟੀ ਕਮਿਸ਼ਨਰ ਦੇ ਜਿਹੜਾ ਤੁਸੀਂ ਦਫ਼ਤਰ ਜਾ ਘਰਾਓ ਕਰਕੇ ਧਰਨਾ ਦੇਣਾ ਕੀ ਜਿਹੜੀ ਰਣਨੀਤੀ ਇਹ ਤੈਅ ਕੀਤੀ ਹੋਈ ਆ ਕੇਂਦਰ ਸਰਕਾਰ ਦੇ ਨਾਲ ਜੋ ਗੱਲਬਾਤ ਹੋਈ ਸੀ ਉਸ ਗੱਲਬਾਤ ਤੇ ਜਿਹੜਾ ਹੈਗਾ ਸਰਕਾਰ ਨੇ ਆਪਦਾ ਰਵਈਆ ਦਿਖਾਇਆ ਹੈ ਜਿਹਦੇ ਨਾਲ ਕਿਸਾਨਾਂ ਦੇ ਵਿੱਚ ਗੁੱਸਾ ਜਿਹੜਾ ਵਧਿਆ ਹੈ ਅਸੀਂ ਉਹ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਨੂੰ ਦਰਜ ਕਰਾਉਣ ਵਾਸਤੇ ਕਿ ਜਿਹੜੇ ਕਾਨੂੰਨ ਤੁਸੀਂ ਬਣਾਇਆ ਜਿੰਨਾ ਚਿਰ ਇਸ ਨੂੰ ਰੱਦ ਨਹੀਂ ਕਰਦੇ ਕਿਸਾਨਾਂ ਦਾ ਜਿਹੜਾ ਗੁੱਸਾ ਵੱਧਦਾ ਜਾਊਗਾ ਤੇ ਅੰਦੋਲਨ ਤਿੱਖਾ ਹੁੰਦਾ ਜਾਊਗਾ ਇੱਕ ਦਿਨ ਦਾ ਜਿਹੜਾ ਭਾਵੇਂ ਸਾਡੇ ਵੱਖ-ਵੱਖ ਥਾਵਾਂ ਤੇ ਜਿਹੜੇ ਟੋਲ ਪਲਾਜ਼ਿਆਂ ਤੇ ਮੌਲਾਂ ਅੱਗੇ ਪੰਪਾਂ ਤੇ ਭਾਰਤੀ ਜਨਤਾ ਪਾਰਟੀ ਦੇ ਘਰਾਂ ਦੇ ਗੁੰਦੇ ਘਰ ਅੱਗੇ ਚੱਲ ਰਿਹਾ ਉਹਦੇ ਨਾਲ ਨਾਲ ਕੱਲ ਨੂੰ ਇੱਕ ਦਿਨ ਵਾਸਤੇ ਅਸੀਂ ਜਿਹੜਾ ਡੀਸੀ ਦਫ਼ਤਰ ਦੇ ਅੱਗੇ ਧਰਨਾ ਦੇ ਕੇ ਸਰਕਾਰ ਨੂੰ ਆਪਦਾ ਜਿਹੜਾ ਆਉਣ ਵਾਲੇ ਤਿੱਖੇ ਅੰਦੋਲਨ ਦਾ ਸਨੇਹਾ ਦੇਣ ਜਾ ਰਹੇ ਹਾਂ ਉਹ ਇਸ ਕਰਕੇ ਕਰ ਰਹੇ ਹਾਂ ਸਰਕਾਰ ਕਹਿੰਦੀ ਆ ਕਿ ਕਿਸਾਨਾਂ ਦੇ ਹੱਕ ਜਾ ਦੂਜੇ ਪਾਸੇ ਪੰਜਾਬ ਸਰਕਾਰ ਵੀ ਕਹਿੰਦੀ ਆਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਆ ਕੀ ਲੱਗਦਾ ਸਰਕਾਰਾਂ ਸਿਆਸਤ ਕਰ ਰਹੀਆਂ ਨੇ ਜਾਂ ਤੁਹਾਡੇ ਹੱਕ ਦੀ ਗੱਲ ਕਰ ਰਹੀਆਂ ਨੇ ਦੇਖੋ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਜਦੋਂ ਮੀਟਿੰਗ ਹੋਈ ਹੈ ਸਾਡੇ ਆਗੂਆਂ ਨੇ ਦਰੀਲਾ ਤਹਿਤ ਉੱਥੇ ਗੱਲ ਉਹਦੇ ਨਾਲ ਕੀਤੀ ਸਾਡੇ ਆਗੂਆਂ ਵੱਲੋਂ ਰੱਖੀਆਂ ਗੱਲਾਂ ਦਾ ਕੇਂਦਰ ਦੀ ਮੋਦੀ ਸਰਕਾਰ ਕੋਲੇ ਕੋਈ ਜਵਾਬ ਨਹੀਂ ਸੀ ਜਿਸ ਤੋਂ ਇਹ ਗੱਲ ਸਾਫ਼ ਹੈ ਕਿਉਂਕਿ ਜੇ ਪੂਰਾ ਪੰਜਾਬ ਦਾ ਕਿਸਾਨ ਇਤੋਂ ਤੱਕ ਕਿ ਵਪਾਰੀ ਵਰਗ ਵੀ ਜਿਹੜਾ ਹੈਗਾ ਉਹਨਾਂ ਨੂੰ ਪਤਾ ਹੈ ਜੜਾ ਕਿਸਾਨਾਂ ਦਾ ਹੋ ਜਾਣਾ ਤੇ ਮੁੜ ਕੇ ਅਸੀਂ ਵੀ ਮਾਰੇ ਉਹ ਵੀ ਕਿਸਾਨਾਂ ਦਾ ਸਾਥ ਦੇ ਰਹੇ ਕਿ ਜੇ ਕਿਸਾਨ ਪੱਕੀ ਹੁੰਦੇ ਫਿਰ ਉਹਨਾਂ ਨੇ ਇਹ ਪੰਜਾਬ ਚ ਆ ਕੇ ਦੱਸਿਆ ਕਿ ਉਹਨਾਂ ਵੀ ਇਹਦੇ ਫਾਇਦੇ ਆ ਸਾਨੂੰ ਪਤਾ ਉਹਦਾ ਕੋਈ ਫਾਇਦਾ ਨਹੀਂ ਕਹਿੰਦੀ ਸਰਕਾਰ ਹਮੇਸ਼ਾ ਕਹਿੰਦੀ ਕੁਝ ਹੋਰ ਹੁੰਦੀ ਹੈ ਕਰਦੀ ਕੁਝ ਹੋਰ ਹੁੰਦੀ ਹੈ ਜਦੋਂ ਉਹਦੇ ਨਤੀਜੇ ਸਾਹਮਣੇ ਆਉਂਦੇ ਪਤਾ ਉਹ ਤੋਂ ਲੱਗਦਾ ਇਹ ਸਾਰੀਆਂ ਗੱਲਾਂ ਅਸੀਂ ਜਾਣਦੇ ਆ ਕਿਸਾਨਾਂ ਦੇ ਸਾਰਾ ਕੁਝ ਉਲਟ ਹੈ ਪੰਜਾਬ ਦਾ 70% ਕਾਰੋਬਾਰ ਤਬਾਹ ਹੋਇਆ ਹੈ ਸਾਡੇ ਕੋਲੇ ਲੜਨ ਤੋਂ ਸਿਵਾਏ ਹੋਰ ਕੋਈ ਰਸਤਾ ਹੀ ਨਹੀਂ ਹੈ ਬਿਲਕੁਲ ਨੌਜਵਾਨ ਇਸ ਵਾਰ ਜਿਹੜਾ ਵੱਡੇ ਕਿੰਤੇ ਤੁਸੀਂ ਸੰਘ ਅਸੀਂ ਭਾਈ ਜੀ ਨੌਜਵਾਨ ਹੋਣ ਦੇ ਨਾਂ ਤੇ ਪਹਿਲਾਂ ਅਸੀਂ ਜਿਹੜੇ ਨੌਜਵਾਨ ਸੀਗੇ ਵੀ ਅਸੀਂ ਜਿਵੇਂ ਨਸ਼ੇ ਪੱਤੇ ਦੇ ਤੌਰ ਤੇ ਤੁਰੇ ਵਰਦਾ ਸੀ ਨੌਜਵਾਨ ਤਾਂ ਸਾਨੂੰ ਜਥੇਬੰਦੀਆਂ ਦੇ ਜਿਹੜੇ ਆਗੂ ਨੇਗੇ ਉਹਨਾਂ ਨੇ ਸਾਡੇ ਨੌਜਵਾਨਾਂ ਤੇ ਕਰ ਇਹ ਬਾਜ ਪਚਾਈ ਹੈਗੀ ਜਿਵੇਂ ਇਹ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਲੈ ਕੇ ਆਈ ਹੈਗੀ ਅਸੀਂ ਉਹਨਾਂ ਨੂੰ ਰੱਦ ਕਰਾਉਣ ਦੇ ਸਬੰਧ ਵਿੱਚ ਅਸੀਂ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਹੈਗੇ ਅਸੀਂ ਇਹ ਜਥੇਬੰਦੀ ਦੇ ਨਾਲ ਖੜੇ ਆਂਗੇ ਤੇ ਅਸੀਂ ਜਿਹੜੇ ਹੋਰ ਨਾ ਵੀ ਪਿੰਡਾਂ 'ਚ ਜਿਹੜੇ ਅਣਜਾਣ ਬੈਠੇ ਨੇਗੇ ਅਸੀਂ ਉਹਨਾਂ ਤੇ ਕਰ ਵੀ ਜਿਹੜੀ ਇਹ ਆਵਾਜ਼ ਆ ਗਈ ਅਠਾਵਾਂਗੇ ਤੇ ਜਿਹੜੇ ਅਸੀਂ ਸਾਡੇ ਇਹ ਮੋਰਚੇ ਜਾਂ ਧਰਨੇ ਲਾ ਅਸੀਂ ਜਥੇਬੰਦੀ ਦਾ ਪੁਲਿਸ ਸਹਿਯੋਗ ਦਵਾਂਗੇ ਜਿੰਨਾ ਚਿਰ ਮੋਦੀ ਸਰਕਾਰ ਹੈਗੀ ਸਾਡੇ ਇਹ ਕਾਨੂੰਨ ਆ ਜਿਹੜੇ ਰੱਦ ਨਹੀਂ ਕਰਦੀ ਉਹਨਾਂ ਚਿਰ ਅਸੀਂ ਘਰਾਂ ਦੇ ਵਿੱਚ ਨਹੀਂ ਜਾਵਾਂਗੇ ਤੇ ਜੇ ਸਾਡੇ ਕੋਲੇ ਜ਼ਮੀਨਾਂ ਨਾਲ ਨਹੀਂ ਆ ਫਿਰ ਸਾਡਾ ਨੌਜਵਾਨੀ ਜਾਂ ਅਸੀਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਅਸੀਂ ਉਹਨਾਂ ਨੂੰ ਕੀ ਜਵਾਬ ਦਵਾਂਗੇ ਇਸ ਕਰਕੇ ਅਸੀਂ ਜਿਹੜੀ ਮੋਦੀ ਸਰਕਾਰ ਹੈਗੀ ਨੌਜਵਾਨ ਹੋਣ ਦੇ ਨਾਂ ਤੇ ਭਗਤ ਸਿੰਘ ਹੋਰ ਸਾਡੀ ਉਮਰ ਹੈਗੀ ਚੰਗੀ ਤਰ੍ਹਾਂ ਸਾਨੂੰ ਇਹ ਗੱਲ ਧਿਆਨ ਚਾਰੀ ਹੈਗੀ ਵੀ ਜਿਹੜੇ ਇਹ ਕਾਨੂੰਨ ਨੇ ਸਾਡੇ ਲਈ ਬਾਲੇ ਨੁਕਸਾਨ ਦਾ ਹੈ ਕਿ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਮੋਦੀ ਨੂੰ ਦੱਸ ਦਿਆਂ ਵੀ ਜਿਹੜੇ ਕਾਨੂੰਨ ਹੈ ਹਰ ਹਾਲ ਤੇ ਅਸੀਂ ਤੇ ਰੱਦ ਨੇ ਜ कराके ਰੱਖਾਂਗੇ ਬਿਲਕੁਲ ਜਿਹੜਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਲਾਣਾਗਾ ਤੁਸੀਂ ਇਹ ਇਕੱਲਾ ਮਾਨਸਾਂ ਵਿੱਚ ਆ ਬਈ ਜਾਂ ਹੋਰ ਵੀ ਤੁਹਾਡੇ ਜਿਹਾ ਬੰਦੇ ਵੱਲੋਂ ਲਿਖਿਆ ਗਿਆ ਨਾ ਸਾਡਾ ਜਿਹੜਾ ਕੱਲ ਨੂੰ ਡਿਪਟੀ ਕਮਿਸ਼ਨ ਦੇ ਦਫ਼ਤਰ ਅੱਗੇ ਧਰਨੇ ਤੇ ਡਾ ਰਿਆ ਕਿ ਇਹਦੀ ਸਰਕਾਰ ਸੈਂਟਰ ਸਰਕਾਰ ਦੇ ਨਾਲ ਗੱਲ ਹੋਈ ਉਹਦੇ ਭਾਵੇਂ ਵਿੱਚ ਕੁਝ ਨਿਕਲਿਆ ਨਹੀਂ ਪਰ ਇਸ ਗੱਲ ਦੇ ਨਾਲ ਜਿੱਥੇ ਅਸੀਂ ਉਹਨੂੰ ਮਜਬੂਰ ਕਰਤਾ ਗੱਲ ਦੇ ਵਿੱਚ ਬੈ ਟੇਬਲ ਤੇ ਲਿਆਉਣ ਦਾ ਉੱਥੇ ਲੋਕਾਂ ਦੇ ਵਿੱਚ ਗੁੱਸਾ ਵੀ ਜ਼ਿਆਦਾ ਆਇਆ ਇਸ ਕਰਕੇ ਜਿਹੜਾ ਇਹ ਗੁੱਸਾ ਹੈ ਨਾ ਲੋਕਾਂ ਦਾ ਕਿ ਇਸ ਗੱਲ ਦੇ ਵਿੱਚ ਕੋਈ ਤੈ ਤੈ ਨਹੀਂ ਬਣੀ ਇਹ ਗੱਲ ਦੀ ਉਹਨਾਂ ਨੂੰ ਕੋਈ ਰਾਹ ਨਹੀਂ ਪਾਈਗੀ ਕੱਲ ਇਸ ਗੁੱਸੇ ਨੂੰ ਅਸੀਂ ਜਿਹੜਾ ਜ਼ਾਹਰ ਕਰਨ ਵਾਸਤੇ ਅੱਗੇ ਦੇ ਜਿਹੜੇ ਇਹਨੂੰ ਬਦਵੇਂ ਪ੍ਰੋਗਰਾਮ ਹੁੰਦੇ ਆ ਉਹ ਦਿਖਾਉਣ ਵਾਸਤੇ ਕੱਲ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਦੇ ਕੇ ਪੂਰੇ ਜੋਰ ਸ਼ੋਰ ਨਾਲ ਜਨਤਾ ਆ ਰਹੀ ਹੈ ਕਿਉਂਕਿ ਗੁੱਸਾ ਦਿਨੋਂ ਦਰਦਰ ਵੱਧ ਰਿਹਾ ਹੈ ਇੱਕ ਮਨ ਖਾਰਜ ਕਰਨ ਦੀ ਬਜਾਏ ਉਹ ਮਤਲ ਟਾਲ ਮਟੋਲੇ ਦੀ ਨੀਤੀ ਤਾਂ ਅਪਣਾ ਰਹੀ ਹੈ ਸਰਕਾਰ ਇਸ ਕਰਕੇ ਕੱਲ ਦਾ ਜਿਹੜਾ ਗੁੱਸਾ ਹੈ ਲੋਕਾਂ ਦਾ ਉਹ ਜ਼ਾਹਰ ਕਰਨ ਵਾਸਤੇ ਸਰਕਾਰ ਨੂੰ ਸੰਕੇਤਕ ਜਿਹੜੇ ਅਗਲੇ ਪ੍ਰੋਗਰਾਮ ਹੈ ਸਾਡੇ ਉਹ ਦੱਸਣ ਵਾਲੇ ਕੱਲ ਨੂੰ ਜਾ ਰਹੇ ਹਾਂ ਅਸੀਂ ਡੀਸੀ ਦਫ਼ਤਰਾਂ ਦੇ ਦਰਵਾਜ਼ੇ ਜਿਹੜਾ ਇਹ ਧਰਨਾ ਤੁਸੀਂ ਕਰ ਰਹੇ ਹੋ ਇਹ ਸਰਕਾਰ ਕੇਂਦਰ ਦੇ ਖਿਲਾਫ ਲਾ ਰਹੇ ਹੋ ਜਾਂ ਪੰਜਾਬ ਸਰਕਾਰ ਦੇ ਖਿਲਾਫ ਇੱਕ ਕੇਂਦਰ ਦੇ ਸਰਕਾਰ ਲਾ ਰਹੇ ਹੋ ਕਿਉਂਕਿ ਕੇਂਦਰ ਨਾਲ ਜਦੋਂ ਹਮ ਗੱਲਬਾਤ ਕੀਤੀ ਹੈ ਤਾਂ ਗੱਲਬਾਤ ਦੇ ਵਿੱਚ ਕਿਸਾਨ ਆਗੂਆਂ ਨੇ ਇੱਕ ਵੀ ਉਹਨਾਂ ਨੂੰ ਗੱਲ ਨਹੀਂ ਕਰਨ ਦਿੱਤੀ ਸਰਕਾਰ ਦੇ ਨੁਮਾਇੰਦੇ ਨੇ ਇਹ ਆਖਿਆ ਸੀ ਕਿ ਇਹ ਕਾਨੂੰਨ ਬਿਹਾਰਤ ਵੀ ਲਾਗੂ ਹੈ ਇਹ ਕਾਨੂੰਨ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਊਗਾ ਅਸੀਂ ਫਿਰ ਦੱਸਿਆ ਸੀਗਾ ਕਿ ਬਿਹਾਰ ਦੇ ਵਿੱਚੋਂ ਜਿਹੜੇ ਆ ਕੇ ਸਾਡੇ ਦੋ-ਦੋ ਕਿੱਲੇ ਵਾਲੇ ਦੇ ਪਹੀਏ ਲਾਉਂਦੇ ਆ ਜੀਰੀ ਉਹ ਦਾਸ ਦਾਸ ਕਿਲਿਆਂ ਦੇ ਮਾਲਕ ਹੈ ਫਿਰ ਸਾਨੂੰ ਵੀ ਜੀਰੀ ਲਾਉਣ ਲਈ ਕਰੋਗੇ ਮਜਬੂਰ ਇਸ ਕਰਕੇ ਇੱਕ ਸੌ ਕਾਨੂੰਨ ਨੂੰ ਦੋ ਟੁਕ ਰੱਦ ਕਰਦੇ ਆ ਕੇਂਦਰ ਸਰਕਾਰ ਨੇ ਗੱਲਬਾਤ ਦੇ ਪੱਲੇ ਨਹੀਂ ਪਾਇਆ ਉਸੇ ਦੇ ਦਬਾਅ ਬਣਾਉਣ ਲਈ ਵੱਡੀ ਪੱਧਰ ਦੇ ਵਿੱਚ ਕੱਲ ਨੂੰ ਅਸੀਂ ਲੱਖਾਂ ਦਾ ਇਕੱਠ ਜਿਹੜਾ ਹੈਗਾ ਡੀਸੀ ਦਫ਼ਤਰ ਅੱਗੇ ਲੈ ਕੇ ਆਵਾਂਗੇ ਜਿਸ ਤਰ੍ਹਾਂ ਕੇਂਦਰ ਸਰਕਾਰ ਕਹਿ ਰਹੀ ਆ ਵੀ ਕਿਸਾਨਾਂ ਦੇ ਨਾਲ ਅਸੀਂ ਮੀਟਿੰਗਾਂ ਕਰਨ ਨੂੰ ਤਿਆਰ ਆ ਜਾਂ ਹੋਰ ਸਿੱਟਾ ਹਾਲੇ ਤੱਕ ਕੋਈ ਨਹੀਂ ਨਿਕਲਿਆ ਹੈਗਾ ਕਿੱਥੋਂ ਜਿਹੜਾ ਫਰਕ ਰਹਿ ਜਾਂਦਾ ਹੈ ਕਿਸਾਨ ਤੇ ਜਿਹੜਾ ਕੇਂਦਰ ਸਰਕਾਰ ਦੇ ਵਿੱਚ ਮੀਟਿੰਗ ਤੇ ਇਸ ਗੱਲ ਤੋਂ ਪਤਾ ਲੱਗਦਾ ਕਿ ਸਰਕਾਰ ਜਣੀ ਅਸੀਂ ਵੀ ਤਾਂ ਜਾਣਦੇ ਆ ਵੀ ਲੋਕਾਂ 'ਚ ਇਹ ਗੱਲ ਨਾ ਜਾਵੇ ਵੀ ਸਰਕਾਰ ਸੱਦੀ ਜਾਂਦੀ ਹੈ ਤੇ ਸਰਕਾਰ ਇਹ ਜਾਂਦੇ ਨਹੀਂ ਆ ਆਕੜ ਖੁਰੇ ਆਗੇ ਤੇ ਦੂਜੇ ਪਾਸੇ ਸਰਕਾਰ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਸਰਕਾਰ ਨੂੰ ਕੋਈ ਮੰਗ ਪੱਤਰ ਦੇਤਾ ਤਾਂ ਉਸ ਤੋਂ ਬਾਅਦ ਉਹਦਾ ਤਜਵੀਜ਼ ਬਣਦੀ ਹੈ ਅਸੀਂ ਪਹਿਲਾਂ ਵਾਲੇ ਮੰਗ ਪੱਤਰ ਦੇ ਕੇ ਆਏ ਸੀ ਹੁਣ ਦੂਜੀ ਵਾਰ ਜਦੋਂ ਸਾਨੂੰ ਬੁਲਾਇਆ ਸੀ ਉਹਨਾਂ ਨੇ ਸਾਡੇ ਪਹਿਲੇ ਮੰਗ ਪੱਤਰ ਤੇ ਕਹਿਣਾ ਸੀ ਵੀ ਆਹ ਮੰਗਾਂ ਸੋਡੀਆਂ ਹੈਗੀਆਂ ਇਹਨਾਂ 'ਚੋਂ ਆਹ ਅਸੀਂ ਮੰਨਾਂਗੇ ਆਹ ਗੱਲ ਤਾਂ ਉਹ ਕੁਝ ਨਹੀਂ ਚੁੱਪ ਹੈ ਇਸ ਕਰਕੇ ਦਬਾਅ ਬਣਾਉਣ ਲਈ ਅਸੀਂ ਦੁਬਾਰੇ ਫਿਰ ਕੇ ਆਏ ਜਿਹੜਾ ਦਿੱਲੀ ਲਈ ਤੁਸੀਂ ਜਾਣਾਗਾ ਉਥੇ ਧਰਨੇ ਦੇਣ ਲਈ ਉਥੇ ਸਿਰਫ ਕਿਸਾਨ ਜਾਣਗੇ ਜਾਂ ਪਰਿਵਾਰ ਵੀ ਤੁਹਾਡੇ ਨਾਲ ਧਰਨੇ ਦਾ ਸਮੂਲੀਅਤ ਕਰਨਗੇ ਜਿਦੋਂ ਅਸੀਂ ਦਿੱਲੀ ਵੱਲ ਨੂੰ ਜਾਣਾ ਹੈ ਪਰਿਵਾਰਾਂ ਸਮੇਤ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਪੀੜੀ ਕਿਸਾਨ ਜਥੇਬੰਦੀ ਪੂਰੇ ਤਾਨਮਾਨ ਨਾਲ ਜਾਣਾ ਹੈ ਪੂਰੀਆਂ ਫੁੱਲ ਜੋਰਾਂ ਜ਼ੋਰਦਾਰ ਹੁਣ ਅੱਜ ਤਿਆਰੀਆਂ ਖਿੱਚੀਆਂ ਜਾ ਰਹੀਆਂ ਕਿ ਜਿਹੜਾ ਕੱਲ੍ਹ ਵਾਲਾ ਇਹ ਅਸੀਂ ਕਰਨਾ ਹੈਗਾ ਧਰਨਾ ਇਹ ਵੀ ਕੱਲ੍ਹ ਨੂੰ ਵੀ ਵੱਡੀ ਗਿਣਤੀ ਵਿੱਚ ਕਰਨਾ ਹੈ ਪਰ ਦਿੱਲੀ ਵੱਲ ਨੂੰ ਤਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦਾ ਪਹਿਲਾਂ ਤੋਂ ਲਾ ਕੇ ਸਨੇਹਾ ਵੀ ਸਾਨੂੰ ਲੈ ਕੇ ਚੱਲੋ ਸਾਨੂੰ ਲੈ ਕੇ ਚੱਲੋ ਪਹਿਲਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਦਾ ਖਿਆਲ ਨਹੀਂ ਧੋਗਾਇ ਕਰਮ ਅਗਰ ਫਿਰਦੀ ਸੀ ਜਾਂ ਵੋਟ ਵੋਟ ਨੂੰ ਟੋਲਿਆਣਾ ਫਿਰਦੀ ਸੀ ਹੁਣ ਉਹ ਨੌਜਵਾਨ ਪੀੜ੍ਹੀ ਨੂੰ ਸਾਰਾ ਪਤਾ ਲੱਗ ਚੁੱਕਿਆ ਵੀ ਜਿਹੜਾ ਸਾਡਾ ਰੋਜ਼ਗਾਰ ਹੈ ਇਹ ਖੋਹਿਆ ਜਾ ਰਿਹਾ ਹੈ ਕਿ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਹੋਣਾ ਇਹਦੇ ਵਿੱਚ ਛੋਟੇ ਦੁਕਾਨਦਾਰ ਆੜ ਤੀਏ 70% 80% ਲੋਕਾਂ ਦਾ ਨੁਕਸਾਨ ਹੋਣਾ ਹਰ ਇੱਕ ਨੂੰ ਪਤਾ ਲੱਗ ਰਿਹਾ ਹੈ ਵੀ ਬਹੁਤ ਤੋਂ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਜਿਵੇਂ ਬਿਹਾਰ ਹੈ ਜਾਂ ਜੂਪੀ ਐਮਪੀ ਜਿੰਨੀ ਆ ਵੀ ਸਟੇਟਾਂ ਜਿੱਥੇ ਉੱਥੋਂ ਸਰਕਾਰੀ ਕ੍ਰੀਪ ਤੋਂ ਸਰਕਾਰ ਭੱਜੀ ਹੋਈ ਹੈ ਜਿਹੜਾ ਇੱਥੋਂ ਦੇ ਕਾਰਪੋਰੇਟ ਘਰਾਣੇ ਨੇ ਵੱਡੇ ਵਪਾਰੀ ਨੇ ਉੱਥੋਂ ਝੋਨਾ ਖਰੀਦ ਕੇ ਲਿਆ ਕੇ ਪੰਜਾਬ ਜਾਂ ਹਰਿਆਣਾ ਦੀ ਮੰਡੀ ਦੇ ਵਿੱਚ ਵੇਚਿਆ ਜਾਂਦਾ ਕਿਉਂਕਿ ਫੇਰ ਵੀ ਉਹਨਾਂ ਨੂੰ 4-500 ਰੁਪਿਆ ਕੁਆਂਟਲ ਮੰਗਰ ਮੁਨਾਫਾ ਰਹਿੰਦਾ ਹੈ ਜਿਵੇਂ ਮੋਦੀ ਸਾਹਿਬ ਇੱਕ ਮੰਡੀ ਇੱਕ ਦੇਸ਼ ਕਰਨਾ ਚਾਹੁੰਦਾ ਹੈ ਹੁਣ ਹਰ ਇੱਕ ਬੱਚੇ-ਬੱਚੇ ਦੇ ਕੰਨ-ਕੰਨ ਦੇ ਵਿੱਚ ਗੱਲ ਪੈ ਰਹੀ ਹੈ ਵੀ ਮੋਦੀ ਸਰਕਾਰ ਜਿਹੜੇ ਆਈਡੀ ਨਾ ਸ ਲੈ ਕੇ ਆਈ ਆ ਬਹੁਤ ਹੀ ਖਤਰਨਾਕ ਨੇ ਇਹਨਾਂ ਨੂੰ ਆਈਡੀ ਨਾ ਸ ਨੂੰ ਰੱਦ ਕਰਾਏ ਤੋਂ ਬਿਨਾ ਅਸੀਂ ਸੁੱਖ ਦੀ ਨੀਂਦ ਨਹੀਂ ਸੌਵਾਂਗੇ ਸਾਨੂੰ ਕਿੰਨੀ ਵੀ ਕੁਰਬਾਨੀਆਂ ਕਰਨੀਆਂ ਪੈ ਜਾਣ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਆਈਡੀ ਨਾ ਸ ਨੂੰ ਰੱਦ ਕਰਾਵਾਂਗੇ ਅੱਗੇ ਧਰਨਾ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਣਗੇ ਤੇ ਸਰਕਾਰ ਦੇ ਖਿਲਾਫ ਰੋਸ ਕੀਤਾ ਜਾਊਗਾ ਕਿਸਾਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰਾਂ ਸਮੇਤ ਕਿਸਾਨ ਦਿੱਲੀ ਪਹੁੰਚਣਗੇ ਤੇ ਕੇਂਦਰ ਸਰਕਾਰ ਨੂੰ ਇਸ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਮਜਬੂਰ ਕਰਨਗੇ ਲੋੜਾ ਸਰਕਾਰ ਨੂੰ ਵੀ ਧਿਆਨ ਦੇਣ ਦੀ ਤੇ ਇਸ ਜਿਹੜੇ ਖੇਤੀ ਕਾਨੂੰਨ ਜੋ ਬਣਾਏ ਨੇ ਇਸ ਨੂੰ ਰੱਦ ਕੀਤਾ ਜਾਵੇ ਤਾਂ ਕਿ ਕਿਸਾਨਾਂ ਦਾ ਅੰਦੋਲਨ ਰੋਕਿਆ ਜਾ ਸਕੇ ਅਮਰਜੀਤ ਸਿੰਘ ਲਿਵਿੰਗ ਇਨ ਨਿਊਜ਼ ਮਾਨਸਾ